ਹਾਂਜੀ ਬੇਟਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਫਾਰਮੇਸ਼ਨ ਆਫ ਕਲਾਊਡ ਐਂਡ ਰੇਨ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਬਣਦੇ ਨੇ ਔਰ ਬਾਰਿਸ਼ ਕਿਵੇਂ ਹੁੰਦੀ ਹੈ ਅੱਜ ਅਸੀਂ ਇਸ ਬਾਰੇ ਡਿਸਕਸ਼ਨ ਕਰਾਂਗੇ ਸੂਰਜ ਦੀ ਰੋਸ਼ਨੀ ਜਾਂ ਸੂਰਜ ਦੀ ਗਰਮੀ ਜਿਹੜੀ ਹੈਗੀ ਆ ਬੱਦਲਾਂ ਦੇ ਬਣਨ ਵਿੱਚ ਆਪਣਾ ਰੋਲ ਅਦਾ ਕਰਦੀ ਹੈ ਸੂਰਜ ਦੀ ਗਰਮੀ ਨਾਲ ਧਰਤੀ ਦੇ ਉੱਤੇ ਲਾ ਪਾਣੀ ਜਿਹੜਾ ਆ ਉਹ ਵਾਸ਼ਪਕਣਾ ਜਿਹਨੂੰ ਆਪਾਂ ਵਾਟਰ ਵੈਪਰ ਕਹਿੰਦੇ ਆ ਉਹਦੇ ਵਿੱਚ ਕਨਵਰਟ ਹੋ ਕੇ ਤਾਂ ਵੱਲ ਉੱਡਣਾ ਸ਼ੁਰੂ ਕਰਦਾ ਆ ਤੇ ਫੇਰ ਇਹ ਬਚੇ ਉੱਤੇ ਜਾ ਕੇ ATMOSPHERE ਵਿੱਚ ਜਾ ਕੇ ਇਹ ਜਿੱਥੇ ਕੀ ਹਵਾ ਠੰਡੀ ਹੁੰਦੀ ਹੈ ਜਦੋਂ ਠੰਡੀ ਹਵਾ ਨਾਲ ਇਹ ਵਾਸ਼ਪਾਂ ਟਕਰਾਉਂਦੇ ਨੇ ਤੇ ਇਹ ਦੁਬਾਰਾ ਜਿਹੜੇ ਹੈਗੇ ਆ ਪਾਣੀ ਦੀਆਂ ਬੂੰਦਾਂ ਦੇ ਵਿੱਚ ਬਦਲ ਜਾਂਦੇ ਨੇ ਤੇ ਇਹ ਪਾਣੀ ਦੀਆਂ ਬੂੰਦਾਂ ਜਦੋਂ ਆਪਸ ਵਿੱਚ ਇਕੱਠੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਇਕੱਠੇ ਹੋਣ ਦੇ ਨਾਲ ਜਿਹੜੇ ਬੱਦਲ ਹੈ ਉਹ ਬਣਦੇ ਨੇ ਤੇ ਇਹ ਹਵਾ ਦੀ ਗਤੀ ਦੇ ਨਾਲ ਇਹ ਬੱਦਲ ਜਿਹੜੇ ਹੈਗੇ ਆ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਫੇਰ ਇਹ ਨਾ ਬੱਦਲਾਂ ਦਾ ਅਸਮਾਨ ਵਿੱਚ ਟਿਕਣਾ ਅਸੰਭਵ ਹੋ ਜਾਂਦਾ ਹੈ ਤੇ ਜਿਸ ਦੇ ਕਾਰਨ ਇਹ ਬੱਦਲ ਫਿਰ ਪਾਣੀ ਦੇ ਰੂਪ ਵਿੱਚ ਜਿਸ ਨੂੰ ਅਸੀਂ بارش ਕੰਨੇ ਆ ਧਰਤੀ ਵਾਲੇ ਪਾਸੇ ਨੂੰ ਡਿੱਗਣਾ ਸ਼ੁਰੂ ਕਰ ਦਿੰਦੇ ਹਨ ਬੱਚੇ ਇਸ ਪ੍ਰਕਿਰਿਆ ਨੂੰ ਪਾਣੀ ਦਾ ਵਾਸ਼ਪਾਣਾ ਵਿੱਚ ਬਦਲ ਕੇ ਫਿਰ ਠੰਡੇ ਹੋਣਾ ਤੇ ਫਿਰ بارش ਦੇ ਰੂਪ ਵਿੱਚ ਧਰਤੀ ਤੇ ਉੱਤੇ ਡਿੱਗਣਾ ਇਸ ਪ੍ਰਕਿਰਿਆ ਨੂੰ ਆਪਾਂ ਵਾਟਰ ਸਾਈਕਲ ਵੀ ਕਹਿੰਦੇ ਹਾਂ ਤੇ ਇਹ ਵਾਟਰ ਸਾਈਕਲ ਬਿਨਾ ਕਿਸੇ ਰੁਕਾਵਟ ਚੱਲਣ ਵਾਲੀ ਇੱਕ ਨਿਰੰਤਰ ਪ੍ਰਕਿਰਿਆ ਹੈ ਬੱਤੇ ਬਦਲਾ ਨੂੰ ਬਣਨ ਵਿੱਚ ਜਾਂ ਬਾਰਿਸ਼ ਨੂੰ ਬਣਨ ਦੇ ਵਿੱਚ ਸਭ ਤੋਂ ਵੱਡਾ ਰੋਲ ਜੋ ਹੈ ਉਹ ਸੂਰਜ ਦੀ ਗਰਮੀ ਦਾ ਹੈ ਕਿਉਂਕਿ ਸੂਰਜ ਦੀ ਗਰਮੀ ਦੇ ਕਾਰਨ ਧਰਤੀ ਦੇ ਉੱਤੇ ਤਾਪਮਾਨ ਵੱਧਦਾ ਹੈ ਤੇ ਧਰਤੀ ਦੇ ਉੱਤੇ ਤਾਪਮਾਨ ਵਧਣ ਦੇ ਕਾਰਨ ਧਰਤੀ ਦੇ ਉੱਤੇ ਪਾਇਆ ਜਾਣ ਵਾਲਾ ਪਾਣੀ ਜੋ ਕਿ ਸਮੁੰਦਰਾਂ دریاਵਾਂ ਜਾਂ ਨਹਿਰਾਂ ਦੇ ਵਿੱਚ ਪਾਇਆ ਜਾਂਦਾ ਹੈ ਉਸ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ਜਿਸ ਨੂੰ ਆਪਾਂ ਵੈਪੋਰੇਸ਼ਨ ਕੰਦੇ ਆ ਤੇ ਵੈਪੋਰੇਸ਼ਨ ਜਿੰਨੀ ਜ਼ਿਆਦਾ ਹੋਏਗੀ ਓਨੀ ਹੀ ਜ਼ਿਆਦਾ ਬੱਟਾ ਬੱਦਲ ਬਣਨਗੇ ਤੇ ਓਨੀ ਹੀ ਜ਼ਿਆਦਾ بارش ਜਿਹੜੀ ਆ ਉਸ ਦੀ ਪੈਣ ਦੀ ਸੁਭਾਵਨਾ ਜਿਹੜੀ ਆ ਉਹ ਮੰਨੀ ਜਾਂਦੀ ਹੈ